ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹਿੱਸਰ ਉਤਿਆ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਮ ਆਦਮੀ ਪਾਰਟੀ ਬਾਰੇ ਆਈ ਵੱਡੀ ਖਬਰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੀਆਂ ਰਾਜ ਸਭਾ ਦੀਆਂ ਸੀਟਾਂ ਤੇ ਬਾਹਰਲੇ ਉਮੀਦਵਾਰ ਖੜੇ ਕਰਨ ਤੇ ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਸਿਰਸਾ ਨੇ ਕਿਹਾ ਕਿ ਇਹ ਉਹ ਰੰਗਲਾ ਪੰਜਾਬ ਜਿਸ ਦੀ ਭਗਵੰਤ ਮਾਨ ਗੱਲ ਕਰਦੇ ਸੀ ਰਾਜ ਸਭਾ ਵਿੱਚ ਬਾਰਲੀ ਮੈਂਬਰ ਭੇਜਣ ਤੇ ਉਹਨਾਂ ਨੇ ਸਵਾਲ ਕੀਤਾ ਕਿ ਬਗੈਰ ਪੱਗਾਂ ਵਾਲੇ ਹੁਣ ਪੰਜਾਬ ਦਾ ਰੰਗਲਾ ਪੰਜਾਬ ਹੋਵੇਗਾ ਸਿਰਸਾ ਨੇ ਕਿਹਾ ਕਿ ਰਾਜ ਸਭਾ ਵਿੱਚ ਹੋਣਾ ਚੱਡਾ ਵਰਗੇ ਪਾਟਕ ਵਰਗੇ ਲੋਕ ਬੈਠਣਗੇ ਜਿਨ੍ਹਾਂ ਨੂੰ ਨਾ ਤਾਂ ਪੰਜਾਬ ਤੇ ਨਾ ਹੀ ਪੰਜਾਬੀ ਬਾਰੇ ਪਤਾ ਤੇ ਨਾ ਹੀ ਪੰਜਾਬੀ ਬੋਲਣੀ ਆਉਂਦੀ ਹੈ ਉਹਨਾਂ ਨੇ ਕਿਹਾ ਕਿ ਇਹ ਰੰਗਲਾ ਪੰਜਾਬ ਹੈ ਪੰਜਾਬ ਦੀਆਂ ਰਾਜ ਸਭਾ ਸੀਟਾਂ ਵੇਚ ਕੇ ਰੰਗਲਾ ਪੰਜਾਬ ਬਣਾਉਣ ਲੱਗੇ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ 5 ਚਿਹਰਿਆਂ ਦਾ ਐਲਾਨ ਕੀਤਾ ਇਹਨਾਂ ਦੇ ਵਿੱਚ ਦਿੱਲੀ ਤੋਂ ਵਿਧਾਇਕ ਸੈਨ ਇੰਜਾਰਜ ਰਾਗਵ ਜੱਡਾ ਪੰਜਾਬ ਚੋਣਾਂ ਦੇ ਵਿੱਚ ਆਪ ਲਈ ਰਾਜਸੀ ਰਣਨੀਤੀ ਤਿਆਰ ਕਰਨ ਵਾਲੇ ਸੰਦੀਪ ਪਾਠਕ ਸਾਬਕਾ ਕ੍ਰਿਕਟਰ ਹਰਪਾਜਨ ਸਿੰਘ ਤੇ ਲਵਲੀ ਯੂਨੀਵਰਸਿਟੀ ਦੇ ਸੰਸਥਾਪਕ ਅਸ਼ੋਕ ਮਿਕਲ ਮਿੱਤਲ ਉਦਯੋਗਪਤੀ ਸੰਜੀਵ ਰੂੜਾ ਦਾ ਨਾਮ ਸ਼ਾਮਲ ਹੈ ਪੰਜਾਬ ਤੋਂ ਰਾਜ ਸਭਾ ਸੀਟਾਂ ਲਈ ਪੰਜ ਤੇ ਆਪ ਦੇ ਦੋ ਚਿਹਰੇ ਦਿੱਲੀ ਤੇ ਤਿੰਨ ਚਿਹਰੇ ਪੰਜਾਬ ਨਾਲ ਸੰਬੰਧਤ ਹਨ ਉਧਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਦੀ ਨੀਅਤ ਉੱਤੇ ਸੋ ਆਲ ਚੁੱਕੇ ਨੇ ਬਾਦਲ ਨੇ ਕਿਹਾ ਕਿ ਇਹ ਤਾਂ ਸ਼ੁਰੂ ਵਿੱਚ ਹੀ ਧੋਖਾ ਦੇ ਰਹੇ ਨੇ ਧੋਖਾ ਕਮਾ ਰਹੇ ਹਨ ਅਸੀਂ ਸ਼ੁਰੂ ਵਿੱਚ ਗਿਆ ਸੀ ਕਿ ਇੱਥੇ ਦਿੱਲੀ ਵਾਲਿਆਂ ਦਾ ਰਾਜ ਚੱਲਣਾ ਹੈ ਸਾਡੇ ਹੱਕਾਂ ਉੱਤੇ ਇਹਨਾਂ ਨੇ ਕਬਜ਼ਾ ਕਰਨਾ ਹੈ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਕੀਮਤੀ ਵਿਚਾਰ ਰੱਖ ਸਕਦੇ ਹੋ ਵੀ ਬਾਦਲ ਅਤੇ ਸਿਰਸਿਹਰੀ ਸਹੀ ਬੋਲ ਰਹੇ ਨੇ ਜਾਂ ਗਲਤ ਚੈਨਲ ਦੇ ਵਿੱਚ ਕਮੈਂਟ ਸੈਕਸ਼ਨ ਨੂੰ ਜਾ ਕੇ ਜੱਸੇ ਜਨ ਉਹ ਜ਼ਰੂਰ ਲਿਖੋ ਧੰਨ